लो जी पाव भाजी लगन जा रही है। मक्खन जिहड़ा यूज करदे वेरका दा यूज करदे यूज करदे ਮਨੋ ਪੂਰੀ ਮਸ਼ਹੂਰ ਤੇ ਪੁਰਾਣੀ ਦੁਕਾਨ ਆਪਾਂ ਕਹਿ ਸਕਦੇ ਆ। ਹਾਂ ਸ਼ਾਇਦ ਲੁਧਿਆਣੇ ਚ ਸ਼ਾਇਦ ਪਹਿਲੀ ਵਾਰ ਇਹ ਦੁਕਾਨ ਸੀਗੀ 92 ਦੀ ਦੁਕਾਨ ਹੈ। ਸ਼ਿਮਲਾ ਮਿਰਚ ਤੇ ਪਿਆਜ਼ ਬਰੀਕ ਕੱਟੇ ਸ਼ਿਮਲਾ ਮਿਰਚ ਤੇ ਪਿਆਜ਼ ਹਾਂਜੀ ਮੱਖਣ ਇਹ ਹੁਣ ਲੱਗਣ ਜਾ ਰਹੀ ਹੈ ਮਸਕਾ ਪਾਉ ਭਾਜੀ। ਲਸਣ ਅਦਰਕ ਦਾ ਪੇਸਟ ਸਰ ਲਓ ਜੀ ਪੇਸਟ ਆ ਗਿਆ ਲਸਣ ਅਦਰਕ ਦਾ ਇਹ ਆਪਣਾ ਮਸਾਲਾ ਹੈ। हाँ जी सत श्री अकाल, उम्मीद करदा तुसी सारे ठीक ठाक होवोगे। ते अज एक बार फिर तुहाडा स्वागत करदे आ टेस्टी दुनिया दे विच। ते अज तुहानू लैके आए जी पंडित जी स्पैशल पाओ भाजी। पाओ भाजी यानी कि स्पैशल है जी पंडित जी दी मशहूर। ते आओ तुहानू दिखाउणे आ पाओ भाजी किस तरह बनदी है। भाजी खड़े इधर ਗੱਲਬਾਤ ਕਰਦੇ ਆ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ? ਠੀਕ ਠਾਕ ਹੋ ਜੀ? ਬਹੁਤ ਵਧੀਆ। ਮੋਸਟ ਵੈਲਕਮ ਤੁਹਾਡਾ। ਸਤਿ ਸ਼੍ਰੀ ਅਕਾਲ। ਪੰਡਿਤ ਜੀ ਦੀ ਕਹਿੰਦੇ ਪਾਓ ਭਾਜੀ ਬਹੁਤ ਜ਼ਿਆਦਾ ਮਸ਼ਹੂਰ ਆ। ਤੇ ਭਾਜੀ ਖਾਸ ਕੀ ਹੈ? ਖਾਸ ਗੱਲ ਬਾਤ ਦੱਸੋ ਪਹਿਲਾਂ ਕੀ ਹੈ ਭਾਜੀ? ਮਸਾਲਿਆਂ ਚੀਜ਼ਾਂ ਤਾਂ ਸਾਰੀਆਂ ਉਹੀ ਨੇ, ਬਟ ਮਸਾਲੇ ਪਾਉਣ ਦਾ ਫਰਕ ਹੈ ਬਸ। ਮਤਲਬ ਤਰੀਕਾ ਵੱਖਰਾ ਹੈ, ਤਰੀਕਾ ਅਲੱਗ ਹੈ। ਤੇ ਭਾਜੀ ਇਹ ਪੰਡਿਤ ਜੀ ਨਾਮ ਮਤਲਬ ਬਹੁਤ ਜ਼ਿਆਦਾ ਫੇਮਸ ਆ ਨਾ? ਹਾਂਜੀ ਹਾਂਜੀ। ਪੰਡਿਤ ਜੀ ਦਾ ਨਾਮ ਕਿੱਥੋਂ ਆਇਆ? ਇਹ ਫਾਦਰ ਸਾਹਿਬ ਆਏ ਸੀ 92 ਚ। ਉਹ ਪੰਡਿਤ ਜੀ ਪਾਓ ਭਾਜੀ ਰੱਖ ਲਿਆ ਸੀ ਲੋਕਾਂ ਨੇ, ਪੰਡਿਤ ਜੀ ਕਹਿ ਕੇ ਮਸ਼ਹੂਰ ਕਰਤਾ। ਅੱਛਾ, ਮਤਲਬ ਉਹ ਤਾਂ ਪੰਡਿਤ ਹੀ ਚੱਲ ਰਹੇ ਆ। ਹਾਂਜੀ ਹਾਂਜੀ ਹਾਂਜੀ। ਤੇ ਭਾਜੀ ਮਤਲਬ ਪਾਓ ਭਾਜੀ ਨੂੰ ਕੀ ਰੈਡੀ ਕਰਨ ਜਾ ਰਹੇ ਹੋ? ਹਾਂ ਪਾਓ ਭਾਜੀ ਤਿਆਰ ਕਰਨ ਜਾ ਰਹੇ। ਲੋ ਜੀ ਕੀ ਕੀ ਆ ਗਿਆ ਆਪਣਾ ਦੱਸ ਦੋ, ਕੀ ਆ ਗਿਆ? ਇਹ ਮੱਖਣ ਆ ਗਿਆ ਵਿਰਕਾ ਦਾ, ਲਸਣ ਅਦਰਕ ਦਾ ਪੇਸਟ ਹੈ, ਤੇ ਇਹ ਆ ਗਈ ਆਪਣੀ ਗਾਰਲਿਕ ਚਿੱਲੀ ਆ ਗਈ। ਚਿੱਲੀ? ਹਾਂਜੀ। ਲੋ ਜੀ ਪਾਓ ਭਾਜੀ ਲੱਗਣ ਜਾ ਰਹੀ ਹੈ। ਤੇ ਭਾਜੀ ਬ੍ਰੈਡ ਕਿਹੜਾ ਯੂਜ਼ ਕਰਦੇ ਹੋ? ਬ੍ਰੈਡ ਸਰ ਬਣਵਾਉਂਦੇ ਆ ਅਸੀਂ, ਸਪੈਸ਼ਲ ਬਣਵਾਉਂਦੇ ਆ। ਅੱਛਾ, ਆਪਣਾ ਆਰਡਰ ਤੇ ਬਣਦਾ? ਹਾਂਜੀ ਹਾਂਜੀ। ਮੱਖਣ ਜਿਹੜਾ ਯੂਜ਼ ਕਰਦੇ ਹੋ ਵੇਰਕਾ ਦਾ? ਵੇਰਕਾ ਦਾ ਯੂਜ਼ ਕਰਦੇ ਸਰ। ਲੋ ਜੀ ਲੱਗਣ ਜਾ ਰਹੀ ਹੈ ਪਾਓ ਭਾਜੀ, ਪੰਡਿਤ ਜੀ ਦੀ ਸਪੈਸ਼ਲ ਪਾਓ ਭਾਜੀ ਹੈ। ਭਾਜੀ ਕਿੰਨਾ ਟਾਈਮ ਹੋ ਗਿਆ ਦੁਕਾਨ ਨੂੰ ਓਪਨ ਕੀਤੇ ਨੂੰ? ਸਰ ਮੇਰਾ ਜਨਮ ਵੀ ਨਹੀਂ ਸੀਗਾ ਉਸ ਟਾਈਮ ਦੁਕਾਨ ਜਦੋਂ ਸ਼ੁਰੂ। ਅੱਛਾ, ਹਾਂਜੀ। ਮੇਰੇ ਕੋਲ ਜਨਮ ਨਹੀਂ ਹੋਇਆ ਸੀ? ਨਹੀਂ ਸਰ। ਹੁਣ ਪੂਰੀ ਮਸ਼ਹੂਰ ਤੇ ਪੁਰਾਣੀ ਦੁਕਾਨ ਆਪਾਂ ਕਹਿ ਸਕਦੇ ਆ। ਹਾਂ ਸ਼ਾਇਦ ਲੁਧਿਆਣੇ ਚ ਸ਼ਾਇਦ ਪਹਿਲੀ ਵਾਰ ਇਹ ਦੁਕਾਨ ਸੀਗੀ 92 ਦੀ ਦੁਕਾਨ ਹੈ। ਤੇ ਲਓ ਜੀ ਪਾਓ ਭਾਜੀ ਲੱਗਣ ਜਾ ਰਹੀ ਹੈ। ਭਾਜੀ ਪਾਓ ਕਹਿੰਦੇ ਨੇ ਇਹਨਾਂ ਨੂੰ? ਹਾਂਜੀ ਹਾਂਜੀ, ਪਾਓ ਹੈ ਸਰ। ਪਾਓ ਰੈਡੀ ਹੋ ਰਹੇ ਆ? ਹਾਂ, ਪਾਓ ਦੇ ਆਪਾਂ ਅੰਦਰ ਮਸਾਲਾ ਲਾਤਾ, ਹੁਣ ਆਪਾਂ ਇਹਨੂੰ ਮੱਖਣ ਨਾਲ ਫਰਾਈ ਕਰਾਂਗੇ। ਜਿਵੇਂ ਕਿ ਪਾਓ ਬਟਰ ਦੇ ਵਿੱਚ ਨਹਾ ਰਹੇ ਆ, ਬਟਰ ਦੇ ਵਿੱਚ ਡੁਬਕੀ ਲੱਗ ਰਹੀ ਆ ਕਹਿ ਸਕਦੇ ਹੋ ਤੁਸੀਂ? ਹਾਂ, ਬ੍ਰੈਡ ਦੀ ਬਟਰ ਤੇ ਡੁਬਕੀ ਲੱਗ ਰਹੀ ਆ, ਉਹ ਵੀ ਵੇਰਕਾ ਦੇ ਬਟਰ ਦੇ ਵਿੱਚ। ਮਤਲਬ ਬਟਰ ਚ ਕੋਈ ਤੰਦੂਸਤੀ ਨਹੀਂ? ਬਾਤ ਪੈਸੇ ਦਿੰਦਾ ਹੈ। ਹਾਂ, ਆਪਾਂ ਕਾਹ ਤੋਂ ਕੰਜੂਸੀ ਕਰੀਏ ਯਾਰ? ਕੁਆਲਿਟੀ ਦਿੰਦੇ ਆ, ਸਭ ਤੋਂ ਫੇਮਸ ਚੀਜ਼ ਕੀ ਹੈ ਆਪਣੀ, ਮਤਲਬ ਮਸ਼ਹੂਰ ਕੀ ਹੈ ਜ਼ਿਆਦਾ? ਸਰ ਪਾਓ ਭਾਜੀ ਹੈ। ਪਾਓ ਭਾਜੀ? ਹਾਂਜੀ, ਹੁਣ ਤਾਂ ਕਾਫੀ ਆਈਟਮਾਂ ਸ਼ੁਰੂ ਕਰ ਲਈ ਆਪਾਂ ਜੀ, ਲੇਕਿਨ ਮਸ਼ਹੂਰ ਤਾਂ ਪਾਓ ਭਾਜੀ ਹੈ। ਪਾਓ ਭਾਜੀ ਹੈ। ਅਜੇ ਵੀ ਗਾਹਕਾਂ ਨੂੰ ਜਿਹੜੇ ਪੁਰਾਣੇ ਗਾਹਕ ਨੇ ਉਹਨਾਂ ਨੂੰ ਪਤਾ ਵੀ ਨਹੀਂ ਕਿ ਸ਼ੁਰੂ ਕਰ ਲਏ, ਲੇਕਿਨ ਉਹ ਆ ਕੇ ਖਾਂਦੇ ਪਾਓ ਭਾਜੀ ਨੇ। ਤੇ ਭਾਜੀ ਪਲੇਟ ਰੈਡੀ ਹੋ ਚੁੱਕੀ ਹੈ? ਹਾਂਜੀ ਹਾਂਜੀ, ਰੈਡੀ। ਕਿੰਨੇ ਰੁਪਏ ਦੀ ਪਲੇਟ ਹੈ ਭਾਜੀ? ਇਹ 70 ਦੀ ਹੈ ਸਰ। 70 ਰੁਪਏ ਦੀ? ਹਾਂਜੀ ਸਰ। ਲਓ ਜੀ ਹੁਣ ਲੱਗਣ ਜਾ ਰਹੀ ਹੈ ਮਸਕਾ ਪਾਓ ਭਾਜੀ। ਮਸਕਾ ਪਾਓ ਭਾਜੀ ਕਹਿੰਦੇ ਬਹੁਤ ਫੇਮਸ ਹੈ। ਹਾਂ, ਮਸਕਾ ਪਾਓ ਭਾਜੀ ਫੇਮਸ ਹੈ ਜੀ। ਤੇ ਬਟਰ ਆ ਚੁੱਕਿਆ? ਅਰੇ ਭਾਈ ਦੱਸੋ ਨਾ ਕੀ ਕੀ ਪਾ ਰਹੇ ਹੋ? ਤੇ ਪਿਆਜ਼ ਬਰੀਕ ਕੱਟੇ ਹੋਏ ਮਿਰਚ ਤੇ ਪਿਆਜ਼। ਹਾਂਜੀ, ਮੱਖਣ ਹੁਣ ਲੱਗਣ ਜਾ ਰਹੀ ਹੈ ਮਸਕਾ ਪਾਓ ਭਾਜੀ। ਮਤਲਬ ਬਟਰ ਦੇ ਵਿੱਚ ਕੋਈ ਕੰਜੂਸੀ ਨਹੀਂ, ਖੁੱਲੇ ਦਿਲ ਦੇ ਨਾਲ। ਬਿਲਕੁਲ ਬਿਲਕੁਲ। ਮਤਲਬ ਜਿਹੜਾ ਕੰਮ ਤੁਹਾਡੇ ਫਾਦਰ ਸਾਹਿਬ ਨੇ ਸ਼ੁਰੂ ਕੀਤਾ ਸੀ ਤੁਸੀਂ ਇਹ ਸੰਭਾਲ ਰਹੇ ਹੋ? ਬਿਲਕੁਲ ਬਿਲਕੁਲ। ਪੰਡਿਤ ਜੀ ਬੈਠੇ ਨੇ ਇੱਧਰ? ਹਾਂਜੀ ਹਾਂਜੀ। ਲਓ ਜੀ ਪੰਡਿਤ ਜੀ ਨਾਲ ਵੀ ਗੱਲਬਾਤ ਕਰਾਂਗੇ। ਪੰਡਿਤ ਜੀ ਬੈਠੇ ਨੇ ਇੱਧਰ, ਗੱਲਾਂ ਸਾਂਭ ਰਹੇ ਆ ਫਿਲਹਾਲ। ਗੱਲੇ ਤੇ ਡਿਊਟੀ ਹੈ ਪੰਡਿਤ ਜੀ ਦੀ, ਤੇ ਮੱਖਣ ਦੀ ਇੱਟ ਆ ਚੁੱਕੀ ਹੈ ਫਿਰ ਦੁਬਾਰਾ। ਮੇਰਾ ਬ੍ਰਦਰ ਵੀ ਹੁੰਦਾ, ਮੈਂ ਵੀ ਹੁੰਦਾ ਨਾਲ।
मसाले फिर आप तैयार कर दो। मैं ओही कहन लगा, मेरा ब्रदर ना मसाले खत्म होने लगे साडे, ते ओ स्पेशली ओ गया गुजरात गया मसाले लेने। अच्छा, कल गया सी। लसन अदरक का पेस्ट लो जी, पेस्ट आ गया लसन अदरक का। मस्का पावो जी क्यों कहते हैं? आलू टमाटर मटर शिमला मिर्च प्याज धनिया सारी सब लगभग मस्का हो चुका तैयार। चार पीस पाओ ने, चार पीस पाओ लगेगा सर। अच्छा जी, मतलब मस्का जो लगन जा रहे आप तो सुनिया होगा कि मस्का लाने ने, पर मस्का दरअसल मस्का होंगे जेड़ा पाओ भाजी मिलनी है पंडित जी को, आके टेस्ट ट्राई कर सकते हो। भाजी लोकेशन की है प्रॉपर अपने आप कि जगह खड़े हैं? सर आप कलकीधर गुरुद्वारे फील्ड गंज नियर बारह कुचे अपोजिट बारह कुचे। भाजी टाइमिंग की है अपनी? बारह तो बारह दोपहर बारह तो लेकर रात बारह तक। हाँ जी, हाँ जी सर। लो जी मस्का साडा रेडी हो चुका, बटर फिर आ गया। एक बार फिर भाजी नहाने के बटर के विच बिल्कुल बिल्कुल। लो जी रात बगैर पैसे खर्चा, मैं वही गल कर रहा, रात पैसे खर्चा मतलब पैसे वसूल होंगे, पैसे वसूल थोड़े 150 रुपया रेट है मस्के का। ਪਲੇਟ ਹੋ ਚੁੱਕੀ ਹੈ ਤਿਆਰ ਤੇ ਇਹਦਾ ਰੇਟ ਹੈਗਾ 150। ਫੀਲਡ ਗੰਜ ਤੋਂ ਕਲਗੀ ਤੇ ਗੁਰਦੁਆਰਾ ਸਾਹਿਬ ਆ, ਉੱਥੇ ਤੁਸੀਂ ਆ ਕੇ ਟਰਾਈ ਕਰ ਸਕਦੇ ਹੋ। ਲੋ ਜੀ ਪੰਡਿਤ ਜੀ ਤੇ ਬੈਠੇ, ਪੰਡਿਤ ਜੀ ਰਾਮ ਰਾਮ, ਨਮਸਤੇ। ਰਾਮ ਰਾਮ ਜੀ। ਰਾਮ ਕਹਿੰਦੇ ਬੜੇ ਚਰਚੇ ਤੁਹਾਡੇ ਪੰਡਿਤ ਜੀ ਦੀ ਪਾਓ ਭਾਜੀ ਦੇ, ਤੁਸੀਂ ਸ਼ੁਰੂ ਕੀਤਾ ਸੀ ਕੰਮ? मेरे ससुर साहब ने शुरू किया। कितना टाइम हो गया जी शुरू? 12 से शुरू किया है। हां जी 1992 जी 1992 से शुरू किया था। तो कितनी पीढ़ी अभी काम कर रही है? ये तीसरी पीढ़ी आ गई है। तीसरी पीढ़ी आ गई है। तो पंडित जी नाम बनाने के पीछे कितना का समय लग गया, कितनी मेहनत लगी, कितना ज्यादा नाम बन गया अपना? ये उम्र ही बीत गई, 30 साल हो गए। उम्र ही लग गई? हां जी। मतलब नाम बनाने के पीछे उम्र बीत जाती है? हां जी हां जी। ठीक है, तो पंडित जी को आके तुसी ना ट्राई कर सकते हो। पंडित जी इतने आने पर पक्की ड्यूटी थोड़ी इतने आने ਤਰੱਕੀਆਂ।